पैसे दे मुर्गा लाया ये। तेरी जेब तो छाप बैठा हुआ है। बकवास कर रहा है। नहीं सड़ा मैं। नहीं रुक जा नहीं। मैं तेरे नाल नहीं पई अम्मा वापस चली जा। लख लाना सारे नु पता पर सड़की ओदू आप आंदे पे तेरा पन्ना चवे हाली लकड़ी टुकदी पई है कोई टुकर शुकर नहीं पकाया है वलीमा सवेरे है मेरे पीड़ पई खलोती है शादी तू वोट नहीं खादे है तेरी मां कोई शाय पकांदी पैगी तो उनके कोल जाके खा थोन ला मेरे नाल औखा सौखा ना हो तो भुख ना टुरे ही नहीं जांदा पिया आ जा चलिए ਸਾਬਰਾ ਕਿੰਨੀ ਕੁ ਦੇਰ ਹੈ ਹੁਣੇ ਤਾਂ ਮੈਂ ਸਾਗ ਦੋ ਕੇ ਗੰਦੇ ਪਈਆਂ ਕਿੰਨੀ ਕੁ ਦੇਰ ਹੈ ਤੂੰ ਸਾਗ ਗੱਤੀ ਜਾਣਾ ਹੈ ਤਾਂ ਮੈਂ ਕੁੱਤਾਂ ਸਾਗ ਗੱਤੀ ਜਾਣਾ ਕਿਸੇ ਲਈ ਤੈਨੂੰ ਆਖ ਦੇਈਏ ਤੇ ਉਸੇ ਲਈ ਤੂੰ ਤੁਹਾਡਾ ਤਵੰਜੀ ਤੋਂ ਖਦਾ ਜਾ ਕੀ ਪਕਦਾ ਪਿਆ ਸਾਗ ਪਕਦਾ ਪਿਆ ਓਏ ਸਾਗ ਸਾਗ ਰੋਜ਼ ਸਾਗ ਪਕਦਾ ਪਿਆ ਦੱਸੋ ਕਰ ਲੋ ਗੱਲ ਕੋਈ ਹੋਰ ਸਾਗ ਨਹੀਂ ਪਕ ਸਕਦੀ ਹੋਰ ਮੈਂ ਤੇਰੇ ਜੋਗੇ ਕਿੱਥੋਂ ਬੱਕਰੇ ਲਿਆ ਕੇ ਜ਼ਿਬਾ ਕਰਕੇ ਤੇ ਤੈਨੂੰ ਭੋਨ ਕੇ ਦੇਵਾਂ ਔਰ ਪੈਸੇ ਦੇ ਮੁਰਗਾ ਲੈ ਆਈਏ ਤੇਰੀ ਜੇਬ ਤੋਂ ਛਾਪ ਬੈਠਾ ਹੋਇਆ ਬਕਵਾਸ ਕਰਨਾ ਤੂੰ ਤਾਂ ਸ਼ਾਦੀ ਤੇ ਕਿਉਂ ਆਇਆ ਈਓ ਸ਼ਾਦੀ ਕੱਲ ਕੱਲ ਲੈ ਸ਼ਾਦੀ ਤੇ ਅੱਜ ਕੀ ਕਰਨ ਗਏ ਹੋ ਇਸ ਕੱਲ ਦੀ ਰੋਟੀ ਛੱਡੀ ਹੋਈ ਹੈ ਰਾਤੇ ਇੱਕ ਨਹੀਂ ਭੱਜ ਗਿਆ ਆ ਅੱਬਾ ਮੈਂ ਸਮਝਿਆ ਉਹਨਾਂ ਦਾ ਵਲੀਮਾ ਅੱਜ ਤੇ ਪਰ ਉਹਨਾਂ ਦਾ ਵਲੀਮਾ ਤਾਂ ਕੱਲ ਹੈ ਕਾਰ ਤੂੰ ਵੇਖ ਲਵੀ ਆ ਕਾਰ ਚੇਤਾ ਭੁੱਲ ਗਿਆ ਹੁਣ ਆਰਾਮ ਨਾਲ ਬਾਹ ਜਾ ਆ ਸਾਗ ਪੱਕਦਾ ਪਿਆ ਨਾ ਪਹਿਲੇ ਤੈਨੂੰ ਐਡਾ ਕੌਲਾ ਫਾਰ ਕੇ ਦੇਸਾ ਤਸੱਲੀ ਨਾਲ ਖਾ ਲਵੀ ਮੈਂ ਸਾਗ ਨਹੀਂ ਖਾਂਦਾ ਸਾਗ ਨਹੀਂ ਖਾਣਾ ਹੈ ਨਾ ਤਾਂ ਰੰਨ ਵਾਗ ਤੈਨ ਮੁਰਗੇ ਤਾਲ ਕੇ ਖਵਾਵੇ मैडम सुगरा शहीन कुकड़ दा अंडा चा के मैंने सोहनी तरह बना के दे ਰਾਤੀ ਮੈਂ ਕੁੱਕੜ ਵੇਚ ਦਿੱਤੀ ਆਈ ਪੂਰੇ 2500 ਰੁਪਏ ਦੀ ਲੱਖ ਲਾਣਾ ਤਾਂ ਤੇਰੇ ਇੱਕ ਕੁੱਕੜ ਆਪਣੇ ਕੋਲ ਕੀਮਤੀ ਸ਼ਾਇ ਹੈ ਉਹ ਵੀ ਵੇਚ ਦਿੱਤੀ ਹੈ ਤੇ ਹੋਰ ਕੀ ਕਰ ਰਹੀ ਹੈਗੀ ਆਈ ਤੈਨੂੰ ਐਡੀ ਕਿਹੜੀ ਪੈਸੇ ਦੀ ਲੋੜ ਬਣ ਗਈ ਹੈ ਭੁੱਖ ਪੈ ਗਈ ਹੈ ਤੈਨੂੰ ਮੈਨੂੰ ਕੋਈ ਨਹੀਂ ਭੁੱਖ ਪਈ ਹੈਗੀ ਤੇਰੀ ਚੱਟੀ ਭਰੀ ਹੈਗੀ ਖੁਰਸ਼ੀਦ ਕਸਾਈ ਕੀ ਜਿਹੜੀ ਵਕਤ ਜਾ ਕੇ ਵੇਚੀ ਆਈ ਆ ਉਹਨਾਂ ਸ਼ਾਮੀ ਪੈਸੇ ਲੈਣ ਮੇਰੇ ਕੋਲੋਂ ਖੁਰਸ਼ੀਦ ਕਸਾਈ ਨੂੰ ਦੇ ਛੱਡੇ ਨਹੀਂ ਪੈਸੇ ਇੱਕ ਤਾਂ ਖੁਰਸ਼ੀਦ ਕਸਾਈ ਚੀੜਾ ਹੈ ਬੜਾ ਚਿੱਚੜ ਹੋ ਜਾਂਦਾ ਕਿਸੇ ਕੋਲ ਚਾਰਾ ਨੇ ਲੈਣੇ ਹੋ ਮੈਨੂੰ ਹੁਣ ਐਂ ਕਰ ਸਾਗ ਤਾਂ ਮੈਂ ਖਾਣਾ ਕੋਈ ਨਹੀਂ ਮੈਨੂੰ ਦੱਸ ਮੈਂ ਰੋਟੀ ਕਿਹ ਨਾਲ ਖਾਵਾਂ ਮੇਰੇ ਗੁਨਾ ਰੋਵਣ ਦਾ ਕੋਈ ਫਾਇਦਾ ਨਹੀਂ ਆਗਾ ਕੋਲਾ ਚਾਕਲਾ ਤੇ ਜੱਟੀ ਕੇ ਘਰੇ ਵਗ ਜਾ ਉਹਨਾਂ ਦੇ ਘਰੇ ਕੋਈ ਪ੍ਰਾਣੀ ਆਈ ਹੋਈ ਹੈ ਤੇ ਉਹਨਾਂ ਦੇ ਅਸੀਂ ਮੁਰਗਾ ਪਕਾਇਆ ਤੇ ਨਾਲ ਬਰਿਆਨੀ ਵੀ ਪਕਾਈਏ ਬਸ ਮੁੜ ਅੱਜ ਉਹਨਾਂ ਦੀ ਖੈਰ ਕੋਈ ਨਹੀਂ ਅੱਜ ਮੈਂ ਉਹਨਾਂ ਦੇ ਵੰਡ ਕੁਛ ਕੇ ਉਸ ਮੈਨੂੰ ਕੋਈ ਸਮਝ ਨਹੀਂ ਸੜਾ ਮੈਂ ਨਹੀਂ ਰੁਕ ਜਾ ਨਹੀਂ ਮੈਂ ਤੈਨੂੰ ਆਉਂਦੀ ਪਈ ਅੰਮਾ ਵਾਪਸ ਚਲੀ ਜਾ ਚਲੀ ਜਾਵਾਂ ਚੱਲ ਮੇਰੇ ਨਾਲ ਮੈਂ ਤੈਨੂੰ ਆਂਦੀ ਪਈਆਂ ਮੈਂ ਤੈਨੂੰ ਅੱਗੇ ਘਰੇ ਵੀ ਆਖਿਆ ਤੇ ਮੈਂ ਤੈਨੂੰ ਹੁਣ ਵੀ ਆਖਦੀ ਪਈਆਂ ਮੈਂ ਉਸ ਘਰੇ ਦੁਬਾਰਾ ਨਹੀਂ ਜਾਣਾ ਹੈਗਾ ਨਹੀਂ ਮੈਂ ਤੈਨੂੰ ਕਹਿੰਦੀ ਪਈਆਂ ਘਰ ਤੇ ਰਹੇਗਾ ਤੇ 4 ਦਿਨ ਦੀ ਪਰੋਣੀ ਹੈਗੀ ਉਹਨੂੰ ਚਲੇ ਜਾਣਾ ਹੈਗਾ ਉਹਦੇ ਅੱਗੇ ਪਿੱਛੇ ਤੇ ਤੁਹਾਨੂੰ ਪਤਾ ਕੋਈ ਨਹੀਂ ਹੈਗਾ ਉਹਨੂੰ ਤੁਸੀਂ ਹਾਂ ਨਾਲ ਆਈ ਲਾ ਕੇ ਬੈਠੇ ਨੇ ਜਿਵੇਂ ਬੰਦੇ ਕੋਲ ਤੁਹਾਡੇ ਰਿਸ਼ਤੇਦਾਰ ਹੈ ਓ ਮੇਰੇ ਜੀ ਮੈਂ ਮਿੰਨਤ ਕਰਦਾ ਪਿਆ ਵਾਪਸ ਆ ਜਾ ਮੈਂ ਤੁਹਾਡੀ ਮਿੰਨਤ ਕਰਦੀ ਪਈਆਂ ਮੇਰੀ ਜਾਨ ਛੱਡੋ ਮੈਂ ਜਾਂਦੀ ਪਈ ਤੇ ਮੇਰੇ ਮਗਰ ਦੁਬਾਰਾ ਨਹੀਂ ਆਉਂਦੀ ਪਈ ਫਾਈਨ ਲੈ ਚੱਲ ਨੀਤੀ ਲੈ ਕੇ ਕੋਈ ਠੰਡਾ ਦਿਮਾਗ ਨਾਲ ਸੋਚ ਤੇ ਕਿਉਂ ਕਾਲੀਆਂ ਖਾਣੀ ਪਈਆਂ ਤੂੰ ਮੇਰੀ ਮਾਂ ਸਿਰਫ ਮੈਨੂੰ ਇੱਕ ਗੱਲ ਦਾ ਜਵਾਬ ਦੇ ਬਈ ਉਹਦੀ ਸਵਾਣੀ ਸ਼ੌਕੀ ਦੀ ਮੈਂ ਹੈਗੀ ਆ ਜਾਂ ਉਹ ਹੈਗੀ ਉਹਦੇ ਨਾਲ ਹੱਸ ਹੱਸ ਕੇ ਗੱਲਾਂ ਕਰਦਾ ਤੇ ਤੂੰ ਇੱਕ ਵਾਰੀ ਵੀ ਨਹੀਂ ਆਖਿਆ ਵੀ ਤੇਰੀ ਸਵਾਣੀ ਦੇ ਦਿਲ ਤੇ ਮੂੰਹ ਦਲਿੰਦੀ ਪਈ ਹੈ ਮੈਂ ਉਸ ਕੰਜਰ ਨੂੰ ਬੜਾ ਸਮਝਾਇਆ ਹੈਗਾ ਉਹਦੀ ਸਮਝ ਦੇ ਵਿੱਚ ਕੁਝ ਆਂਦਾ ਹੀ ਨਹੀਂ ਹੈਗਾ ਤੇ ਤੂੰ ਕਮਲੀ ਨਾ ਬਣ ਉਹ ਮੇਰੀ ਮਾਂ ਮੈਂ ਕਮਲੀ ਕਿਉਂ ਨਾ ਹੋਵਾਂ ਉਹ ਰਨ ਹੌਲੇ ਹੌਲੇ ਆਦੀ ਜਗ੍ਹਾ ਬਣਾਈ ਜਾਂਦੀ ਹੈਗੀ ਹੈ ਉਹ ਤੂੰ ਮੈਨੂੰ ਸਮਝਾਉਂਦੀ ਪਈ ਹੈ ਇਹੋ ਸਮਝਦਾਰੀ ਵਾਲੀਆਂ ਗੱਲਾਂ ਆਦੇ ਪੁੱਤਰ ਨੂੰ ਸਮਝਾਵਾਂ ਮੈਂ ਜਾਂਦੀ ਪਈ ਮੇਰੇ ਮਗਰ ਨਾ ਵੀ ਪਈ ਤੂੰ ਮੁੱਝੂ ਬਣ ਕੇ ਖਲੋਤਾ ਰਹੀਂ ਇਹ ਨਾ ਕਰੀ ਕਿ ਮਾਰਾ ਦੋ ਪੁੱਤਰ ਦੇ ਮੂੰਹ ਦੇ ਉੱਤੇ ਤੇ ਉਸ ਰਨ ਨੂੰ ਬਾਹਰ ਤੋਂ ਫੜ ਕੇ ਤੇ ਬਾਹਰ ਕੱਢਾਂ ਪੁੱਤਰ ਨੂੰ ਤੇ ਮੈਂ ਦੋ ਮਾਰ ਦੇਵਾਂ ਲੇਕਿਨ ਸੋਹਣੀ ਬੜੀ ਹੈ
पुत्र ते पुत्र रह गया, मेरा तो बंदा भी खरकी है। यही तो गल मेरी मां मैं तेनू समझांदी पई आ, अज मैं घरों बाहर आ, कल नु तू भी घरों बाहर होस, दोनों रोड ते आज साए। एने ते करो कटनी कोई नहीं, ते तू फिकर ना कर, वेख उस कुड़ी नु मैं घरों कट के बखानी आ। ठीक है मां, मैं तेरे आखे लाके घरे वाग जानी आ, अगर वो घरे रही ते मैं दोबारा वापस वाग जाना। ना मेरी धी ओही जावेगी, आ मेरे नाल मेरा पुत्र। ਹੁਣ ਤੂੰ ਜੋਲਾ ਚਾ ਕੇ ਕਿਤੇ ਜਾਂਦੀ ਪਈ ਐ? ਦੇਖ ਨਾ ਸ਼ੋਕੀ, ਤੇਰੀ ਰਣ ਨੇ ਕਾਰਜ ਕਿੰਨੇ ਤਮਾਸ਼ਾ ਖੜਾ ਕਰ ਦਿੱਤਾ। ਓ ਰਣ ਨੂੰ ਤੂੰ ਪਰ ਅਦਫਾ ਕਰ, ਉਹ ਤਮਾਸ਼ਾ ਤਮੂਸ਼ਾ ਬਣਾ ਕੇ ਵਗ ਗਈ, ਮੈਨੂੰ ਉਹਦੀ ਕਾਹ ਨਹੀਂ ਚਾਹ ਚੂਤ। ਜਿਸ ਗਾਰਜ ਮਤੇ ਇੱਜ਼ਤ ਨਾ ਹੋਵੇ ਨਾ ਉੱਥੇ ਨਹੀਂ ਰਹਿਣਾ ਚਾਹੀਦਾ। ਓ ਇੱਜ਼ਤ ਹੈ, ਸਾਰਾ ਘਰ ਵੀ ਤੇਰਾ ਹੀ, ਮੈਂ ਸਮਝੋ। ਮੇਰਾ ਘਰ ਹੁੰਦਾ ਨਾ ਤੇ ਮੇਰੇ ਨਾਲ ਐਡੀ ਬਦਸਲੂਕੀ ਦੇ ਨਾਲ ਕੋਈ ਵੀ ਨਾ ਪੇਸ਼ ਆਂਦਾ, ਜਿਤਨੀ ਬਦਤਮੀਜ਼ੀ ਨਾ ਤੇਰੇ ਘਰ ਵਾਲੇ ਮੇਰੇ ਨਾਲ ਪੇਸ਼ ਆਏ ਨੇ। ਓਏ ਉਹ ਬਦਤਮੀਜ਼ੀ ਨਾਲ ਨਹੀਂ ਪੇਸ਼ ਆਉਂਦੇ ਤੇਰੇ, ਆਖਿਰ ਉਹਨਾਂ ਨੂੰ ਗੁੱਸਾ ਆ, ਆਪੇ ਦੋ ਤਰੇ ਦੇ ਤੇ ਲਾ ਜਾਸੀ, ਨਾਲੇ ਜਿਹੜਾ ਮੇਰਾ ਪਿਓ ਹੋਏ ਉਹ ਤਾਂ ਤੇਰੇ ਨਾਲ ਸਲੂਕ ਕਰਦਾ ਨਾ। ਸ਼ੋਕੀ ਜਾਣਦੇ ਮੂੰਹ ਨਾ ਖੁਲਾ ਮੇਰਾ, ਓਏ ਖਿਆਲ ਖਿਊਲ ਕੋਈ ਨਹੀਂ ਕਰਦਾ, ਪਿਓ ਹੀ ਤੇਰਾ ਠਰਕਦਾ ਮੇਰੇ ਤੇ। ਉਹ ਜਾਨੇ ਕੁਛ ਨਹੀਂ ਹੁੰਦਾ, ਮੈਨੂੰ ਤਾਂ ਤੁਹਾਡਾ ਪੂਰਾ ਟੱਬਰ ਹੀ ਬੇਗੈਰਤਾਂ ਦਾ ਲੱਗਦਾ। ਓ ਬੇਗੈਰਤੀ ਵਾਲੀ ਗੱਲ ਕੋਈ ਨਹੀਂ, ਮੇਰੇ ਪਿਓ ਦੀ ਵੈਸੇ ਆਦਤ ਹੈ ਉਹ ਹਾਸਾ ਮਜ਼ਾਕ ਕਰ ਲੈਂਦਾ ਬੰਦੇ ਨਾਲ। ਬਹਿ ਜਾ ਇੱਥੇ, ਤੂੰ ਕਹਿੰਦਾ ਤੇ ਬਹਿ ਜਾਣੀ। ਹਾਂ ਬਹੁ ਬਹੁ, ਮੈਂ ਨਾ ਤੂੰ ਮੇਰੇ ਦਿਲ ਵਿੱਚ ਬਹੁ। ਅੰਮਾ ਵੇਖ ਲਾ ਮੋੜ ਗੋਡੇ ਦੇ ਨਾਲ ਬਹਾਈ ਬੈਠਾ ਉਹਨੂੰ। ਆ ਵੇ ਉਹ ਫੇਰ ਆਈ ਖੜੀ ਹੈ, ਤੇਰਾ ਮਾਂ ਪਿਓ ਮਨਾ ਕੇ ਲੈ ਆਇਆ ਉਹਨੂੰ, ਤੂੰ ਅੱਗੇ ਆ ਮੇਰੇ ਨਾਲ ਚੱਲ। ਓਏ ਗੱਲ ਮਗਰੂ ਲਾਂਦੀ ਪਈ ਤੇ ਤੁਸੀਂ ਇਹਨੂੰ ਲਾਂਦੇ ਹੋ, ਮੋੜ ਮਾਂ ਤੂੰ ਨਾ ਪਿਓ ਰ ਲਈ ਅੰਮੀ। ਤੇ ਤੂੰ ਚੁੱਪ ਕਰਕੇ ਬਹਿ ਵੇ, ਲੈਂਦੇ ਕਿਉਂ ਨਾ ਲੈ ਕੇ ਆਂਦੀ, ਉਹ ਮੇਰੇ ਇਸ ਘਰ ਦੀ ਨੋ ਹੋਏਗੀ ਤੇ ਅੱਜ ਤੋਂ ਬਾਅਦ ਇਹ ਸਮਝ ਇਹ ਵੀ ਤੇਰੇ ਘਰ ਦੀ ਨੋ ਹੋਵੇ ਤੇ ਮੈਂ ਤੇਰਾ ਹੁੰਦੀ ਨਾ ਗੱਲ ਦਬਾ ਦੇ, ਮੇਰੀ ਨੋ ਹੋਵੇ, ਜਲਦੀ ਉੱਠ ਕੁੜ ਕੇ ਤੇ ਨਿਕਲਦੀ ਹੋ ਮੇਰੇ ਘਰੋਂ, ਤੂੰ ਕਿ ਮੇਰਾ ਆ ਕੇ ਘਰ ਤਬਾਹ ਕਰ ਦਿੱਤਾ। ਇਹ ਇਸ ਗਾਰੀ ਚੋਂ ਕਦੀ ਵੀ ਨਹੀਂ ਜਾਂਦੀ, ਜੇ ਇਹ ਇਸ ਗਾਰੀ ਚੋਂ ਗਈ ਤਾਂ ਤੂੰ ਮੋੜ ਮੇਰੇ ਮਰੇ ਹੋਦਾ ਮੂੰਹ ਵੇਖ ਸੇ। ਸ਼ੌਕੀ ਹੋਰ ਕਿੰਨਾ ਇੱਕ ਬੇਇੱਜ਼ਤ ਕਰਵਾਣਾ ਹੈ ਮੈਨੂੰ? ਨਹੀਂ ਨਹੀਂ, ਹੁਣ ਤੂੰ ਬੇਇੱਜ਼ਤ ਨਹੀਂ ਹੋਣੀ, ਹੁਣ ਤੇਰੀ ਇੱਜ਼ਤ ਹੋਸੀ। ਵੇ ਤੂੰ ਮਾਰੀ ਜਾਵੇਂ ਤਾਂ ਚੰਗਾ ਨਹੀਂ, ਤੈਨੂੰ ਅਗਰ ਇੰਨੀ ਬੇਇੱਜ਼ਤੀ ਮਹਿਸੂਸ ਹੁੰਦੀ ਪਈ ਹੈ ਤਾਂ ਤੂੰ ਨਿਕਲਦੀ ਕਿਉਂ ਨਹੀਂ? ਮੈਨੂੰ ਤਾਂ ਸਟੈਂਡ ਦੀ ਸਮਝ ਨਹੀਂ ਆਉਂਦੀ ਪਈ, ਤੈਨੂੰ ਇਤਬਾਹ ਕਰਨ ਵਾਸਤੇ ਮੇਰੇ ਹੀ ਘਰ ਲੱਭਾ, ਕੋਈ ਹੋਰ ਭੂਆ ਜਾ ਕੇ ਤਾਰ ਲਾ, ਖੁਦਾ ਦਾ ਰਾਹੀਂ ਨਿਕਲ ਜਾਏ ਤੂੰ। ਮਾਸੀ ਮੈਂ ਤੇ ਜਾਣੀ ਹਾਂ, ਮੈਨੂੰ ਤੇਰਾ ਪੁੱਤਰ ਨਹੀਂ ਜਾਣ ਦਿੰਦਾ, ਨਾਲੇ ਮੈਨੂੰ ਡਰ ਹੈ ਸ਼ੋਕੀ ਕਿਤੇ ਮੇਰੇ ਬਗੈਰ ਖੁਦਕੁਸ਼ੀ ਨਾ ਕਰ ਲਵੇ। ਹਾਂ ਸਹੀ ਪਿਆਦੀ ਹੈ, ਜੇ ਮੇਰਾ ਪੁੱਤਰ ਨਾ ਰਿਹਾ ਤੇ ਮੈਂ ਤਾਂ ਫਿਰ ਲਾਵਾਰਿਸ ਹੋ ਜਾਸਾ ਸੀ, ਕੋਈ ਕਿ ਮੇਰਾ ਪੁੱਤਰ ਹੈ। ਓਏ ਇੱਕੋ ਇੱਕੋ ਪੁੱਤਰ ਤੇਰਾ ਮੈਂ ਆ, ਪਰਾਂਦਾ ਨਹੀਂ ਇਸ ਪਿਓ ਨੂੰ ਛੱਡ ਜਾ। ਅੱਛਾ ਅੰਮਾ, ਇੱਥੇ ਤਾਂ ਟੱਬਰ ਦਾ ਟੱਬਰ ਹੀ ਵਿਗੜਿਆ ਪਿਆ, ਕੁਛ ਕਰ ਖੁਦਾ ਦਾ ਵਾਸਤੇ ਹੀ। ਇਹਨੂੰ ਤਾਂ ਮੈਂ ਦੱਸਣੀ ਆ। ਓਏ ਖੁਦਾ ਦਾ ਵਾਸਤਾ ਹੀ, ਉਹ ਮੈਨੂੰ ਕੁਛ ਨਾ ਦੱਸ, ਆਂਦੇ ਪੁੱਤਰ ਨਹੀਂ ਦੱਸ ਜਿਹੜਾ ਕੁਝ ਦੱਸਣਾ ਹੀ। ਮੇਰੇ ਨਾਲ ਮੁਕਦੀ ਮਕਾ, ਇਸ ਕੁੜੀ ਨੂੰ ਘਰੋਂ ਬਾਹਰ ਕੱਢਣਾ ਹੈ ਕਿ ਨਹੀਂ? ਨਹੀਂ ਮੈਂ ਇਹਨੂੰ ਘਰੋਂ ਬਾਹਰ ਕੱਢਣਾ, ਜੇ ਇਹਨੂੰ ਮੈਂ ਘਰੋਂ ਬਾਹਰ ਕੱਢਿਆ ਤਾਂ ਮੈਂ ਬਿਜਲੀ ਨੂੰ ਹੱਥ ਲਾ ਕੇ ਮਰਸਾ। ਐ ਨਾ ਜੇ ਤੂੰ ਆਪਣੇ ਪਿਓ ਦਾ ਪੁੱਤਰ ਤੇ ਆ ਮੇਰੇ ਨਾਲ ਤਾਂ ਬਿਜਲੀ ਨੂੰ ਹੱਥ ਲਾ। ਹਾਂ ਹਾਂ ਲਾ ਬਿਜਲੀ ਨੂੰ ਹੱਥ, ਸੋਕਣ ਮੈਂ ਕਦੀ ਨਹੀਂ ਬਰਦਾਸ਼ਤ ਕਰਨਾ, ਰੰਡੜ ਹੋ ਗਈ ਤੇ ਮੈਂ ਖੁਸ਼ ਰਹਾਂ। ਚੱਲ ਇਹ ਤੇਰਾ ਸ਼ੌਕ ਵੀ ਮੈਂ ਪੂਰਾ ਕਰ ਦੇਣਾ, ਚੱਲ ਤੇਰੇ ਕਿਸਾਨ ਨਾਲ ਮੈਂ ਬਿਜਲੀ ਨੂੰ ਹੱਥ ਲਾ। ਪਰੇਸ਼ਾਨ ਨਾ ਹੋ, ਮੇਰਾ ਪੁੱਤਰ ਮਾਰ ਵੀ ਗਿਆ ਤੇ ਮੈਂ ਜੀਣਾ, ਤੈਨੂੰ ਸੰਭਾਲ ਲੈਸਾਂ। ਪੱਕੀ ਗੱਲ? ਹਾਂ ਚਲ ਆ, ਲਾ ਬੱਤੀ ਨੂੰ ਹੱਥ, ਚੱਲ ਵੇ ਇੱਧਰ ਮਾਰ, ਚੱਲ ਆ। ਮੈਂ ਸੁਣਿਆ ਤੁਹਾਡੇ ਘਰੇ ਮਹਿਮਾਨ ਆਈ ਹੈ ਕੋਈ, ਉਹਦੇ ਵਾਸਤੇ ਕੱਟੇ ਬੱਕਰੇ ਦਾ ਗੋਸ਼ਤ ਪੱਕਿਆ ਪਿਆ। ਆ ਮਹਿਮਾਨ ਹੈ, ਇਸ ਮਹਿਮਾਨ ਦੇ ਸਾਡੇ ਘਰ ਚ ਪੁਆੜੇ ਪਏ ਹੋਏ ਨੇ। ਕਮ ਔਨ, ਜਿਹੜੀ ਸੋਹਣੀ ਮਹਿਮਾਨ ਹੈ ਇਹ ਪੁਆੜੇ ਨਹੀਂ ਪਾ ਸਕਦੀ, ਇਹ ਤਾਂ ਦਿਲਾਂ ਨੂੰ ਜੋੜਨ ਵਾਲੀ ਮਹਿਮਾਨ ਲੱਗਦੀ ਹੈ। ਓਏ ਦੌਰਾ ਟਬਰ ਕਿੱਥੇ ਦਿਲਾਂ ਨੂੰ ਜੋੜਨ ਦਿੰਦਾ ਹੈ? ਆ ਲੈ ਜਾ ਇਹਨੂੰ ਨਾਲ ਆਪਣੇ ਘਰ, ਤੇ ਉੱਥੇ ਜਾ ਕੇ ਦਿਲ ਜੋੜ। ਚਲੋ ਠੀਕ ਹੈ ਫਿਰ, ਮੈਂ ਇਹਨੂੰ ਨਾਲ ਲੈ ਕੇ ਚਲਾ ਜਾਣਾ, ਇਹਦੇ ਕੋਲ ਪੁੱਛ ਲਓ। ਸ਼ੌਕੀ ਜਿੰਨੀ ਤੇਰੇ ਘਰ ਵਿੱਚ ਮੇਰੀ ਬੇਇੱਜ਼ਤੀ ਹੋ ਗਈ ਹੈ ਨਾ, ਹੁਣ ਇਸ ਘਰ ਵਿੱਚ ਮੇਰਾ ਰਹਿਣਾ ਬਣਦਾ ਵੀ ਨਹੀਂ। ਇਹਦੇ ਨਾਲ ਜਾਣੀ ਵੀ ਨਾ, ਇਹ ਬੰਦਾ ਬੜਾ ਚਵਲ ਜਿਹਾ, ਕਿਸੇ ਹੋਰ ਪਾਸੇ ਮੂੰਹ ਕਰ। ਮੈਂ ਤੇਰੀ ਭਾਰੋ ਭਾਵੇਂ ਕਾਲੇ ਚੋਰ ਨਾਲ ਜਾਵੇ, ਤੈਨੂੰ ਅੰਦਰ ਪਹਿਲਾਂ ਭੁੱਲ ਗਈਆਂ ਨੇ ਕਿ ਹੁਣੇ ਯਾਦ ਕਰਾਵਾਂ? ਤੈਨੂੰ ਤਾਂ ਬੜੀ ਹਮਦਰਦੀ ਹੁੰਦੀ ਪਈ ਜਿਵੇਂ ਤੇਰੀ ਫੁੱਫੀ ਦੀ ਧੀ ਹੈ। ਉਹ ਲਾ ਜਾ ਮੀਆਂ ਇਹਨੂੰ, ਇਹ ਦੋ ਜਣੀਆਂ ਰਲੀਆਂ ਕਲੀਆਂ ਨੇ ਤੇ ਇੱਕ ਨਹੀਂ ਅਮਾਨ ਦੀ, ਉਹ ਨਾਲੇ ਸੋਹਣੀ ਸ਼ਾਹ ਮੈਨੂੰ ਇਹ ਕਿੱਥੇ ਪਹੁੰਚਣ ਦੇਣਗੀਆਂ? ਆਮੀਨ। ਐ ਨਾਜ਼ਨੀਨ, ਅਗਰ ਤੈਨੂੰ ਮੈਂ ਲੈ ਕੇ ਜਾਵਾਂ ਤੇ ਮੇਰੇ ਨਾਲ ਚੱਲਣ ਨੂੰ ਤਿਆਰ ਹੈ? ਮੈਂ ਤੇ ਬੇਸਹਾਰਾ, ਮੇਰੇ ਤੇ ਅੱਗੇ ਪਿੱਛੇ ਕੋਈ ਨਹੀਂ ਹੈਗਾ, ਅਗਰ ਤੂੰ ਇੰਨਾ ਇਸ਼ਰਾਰ ਕਰਨਾ ਤੇ ਮੈਂ ਤੇਰੇ ਨਾਲ ਚਲੀ ਚਲਣੀ ਆ। ਵਾਹ ਖਵਾਨਾ, ਤੇ ਤੇਰੀ ਜ਼ਿੰਦਗੀ ਤੇ ਉਹ ਕਸਮਾਂ ਭੁੱਲ ਗਈਆਂ ਨੇ ਜਿਹੜੀਆਂ ਤਰਾ ਦੇ ਪਹਿਲੇ ਮੇਰੇ ਨਾਲ ਚਾਈਆਂ ਨੇ। ਅੱਛਾ, ਤੇ ਇਹ ਜਿਹੜੀ ਹੁਣੇ ਕੁੱਤੇ ਖਾਣੀ ਮੇਰੇ ਨਾਲ ਕੀਤੀ ਤੇਰੇ ਘਰ ਵਾਲਿਆਂ ਨੇ, ਉਹ ਤੂੰ ਭੁੱਲ ਗਈਆਂ? ਓ ਇਹ ਥੋੜੀ ਬਹੁਤੀ ਬੇਇੱਜ਼ਤੀ ਨੂੰ ਮਹਿਸੂਸ ਨਹੀਂ ਕਰਿੰਦਾ, ਇਤਨੀ ਇੱਕ ਤਾਂ ਜੂੰਗੇ 'ਚ ਲੱਭ ਜਾਂਦੀ ਹੈ। ਅੰਮਾ ਮੋੜ ਹੌਲੇ ਹੌਲੇ ਪੱਕਾ ਹੁੰਦਾ ਪਿਆ, ਉਹਨੂੰ ਘੱਟ ਕਰੂੰ। ਤੂੰ ਸਬਰ ਕਰ, ਮੈਂ ਨਹੀਂ ਪੱਕਾ ਹੁੰਦੀ, ਮੈਂ ਇਹੋ ਜਿਹੇ ਘਰ 'ਚ ਪੱਕੀ ਹੁੰਦੀ ਵੀ ਨਹੀਂ।
ऐ खूबसूरत नौजवान की नाम है तेरा? खान रमीज खान वलायत जोया पठान। किसे एक प्यो दा तोमे हां? आ प्यो मेरा हेक की है बस एवें इलाके दे विच रोब बनाया होया आदा। चंगा शोकी मैं चलनी है। अल्लाह दे सपोर्ट। बैग जे अच्छा तेरी कल फिरा नु ना मिल पई। हां हां सामान चक्के लगी है ए फिरन दा भी कोई नहीं चिड़िया घर च। चल ए खूबसूरत नौजवान आ जाओ मेनू अपने नाल ले चल। आ जाओ बुलिया ते प्यार कहानी सावा च आया है तूफान मौसम होया है बेईमान ਅੱਖਾਂ ਚ ਅੱਖਾਂ ਪਾਈ ਰੱਖ ਉਹਦੇ ਕੀ ਵੇਖਦੀ ਪਈ ਏ ਉਹ ਤੇ ਵੇਖ ਉਹਨੇ ਮੂੰਹ ਪਟਿਆ ਹੋਇਆ ਇਹਦਾ ਮੂੰਹ ਪਟਿਆ ਹੀ ਰਹਿੰਦਾ ਉਹ ਮੇਰੇ ਮੂੰਹ ਨੂੰ ਛੱਡ ਆ ਜਿਹੜੀ ਧਨ ਨਾਲ ਲੈ ਜਾਂਦਾ ਨਾ ਇਹ ਤੇਰੇ ਤੇ ਉਹ ਤੇਰਾ ਮੂੰਹ ਬਣਨਾ ਹੈ ਮੈਂ ਇਹਨੂੰ ਆਦੇ ਘਰੇ ਲੈ ਹੀ ਨਹੀਂ ਜਾਂਦਾ ਇਹਨੂੰ ਮੈਂ ਆਦੇ ਯਾਰ ਬੂਤਣੇ ਦੇ ਘਰੇ ਰੱਖਾਂ ਤੇ ਤੂੰ ਆਦਾ ਮੂੰਹ ਬੰਦ ਰੱਖੀ ਉਹਨੂੰ ਤੇਰੇ ਮੈਂ ਮੂੰਹ ਬੰਨ ਦੇਵਾਂਇਹ ਅੱਤੇ ਨਹੀਂ ਬੰਦ ਹੁੰਦਾ ਮੈਂ ਕੀ ਕਰਨਾ ਟੋੜਗਾ तेन साल लैके दे मां तेन पता शायद नहीं जो जी मां पोत्र रमजी के मुंह भी नूर कोई नहीं एक दबका छुटे तो पेशाब विचे निकल जाता तू ना गाबेर मैं जाना रमजी और घर तेन साग लिया देना अगे मैं बेकदरी करा के आई हूं तू जा करवाया चल आप बशकी का साग पट लिया उधर जाने की लड़ ही कोई नहीं मैं तो बशकी का साग पट्टन नहीं जाता परसों की मूली पट्टी मेरी मावा भैन की गाली कड़न लग गई तू तो गाली का गुस्सा तो कर जी तेरिया मावा भैन होवन ता चलो मेरिया मावा भैन को नहीं ना उन वगा तू आखना मेरी रान नु छेल मोच छड़ छेल मोच छड़ तेनु गैरत नहीं आंदी गल करदी बाकी ते मोर तू इने बगैरती कीती कर तू इने बगैरती कीती कर बस एस तो करम सी अपने घरे ना पे आवे उस तामना ही आना जितने दे मेरी जिंदगी नु कोई रोक नहीं सके जिने मेरे नाक ते छुट्टी है ना इवे मेरे मजे दे नाक ते मारनी है मेली तेरा मेरा ते है कोई ओ मेरा जिगर दा टोटा है अस्सलाम वालेकुम मेरा यार भूतना हां भी कार कड़ी छिए किवें आने कड्डी खड़ोती है काले गल गोल का तू मेरे नाल गल ना कर बल्ले बल्ले तेरे नाल गल क्यों ना करा मैं ओहो मेरे नाल मंगी होई है चुप कर बक्कू कोशा कौन है पहली बारी देख ये तेरी भरजाई है भरजाई है ओ तू मेरे तो चोरी शादी कर ली मैनू दस्या ही नहीं अच्छे मेंडा सुगरी नु पता है कोई ना कोई ना सुगरी नु हुण ओदा भी पता लग सी जदों आवाज आई बाद दी आवाज आवन तो पहले मैं जानी है ते आवाज दे अपनी सुगरी नु ते तेरी मां नु घर कड़छिया तू आदी जुबान नु लगाम दे ला ओ ना होवे मैं तेरी जुबान वड़ छड्डा ए सिर्फ भूतने दा हया है मेरे यार दा मैनू जेड़ा मैं तेरा लियाज कर लेना थोड़ा बहुता नहीं तो मैं लियाज बिल्कुल करण वाला बंदा नहीं हां भूतने दी कई गल करना भूतना तो है ही बेगैरत ते दल्ला जेड़ा कोल खो के जमाने दी खच कोल सवानी दी बेइज्जती करवाई जांदा असल देखया जावे ना तू है इस काबिल ओए ओंदे सामने तू मैनू गाली कड्डी जांदी अकल तो तेरे च कोई नहीं जेड़ा खावंद होंदा है ना ओ सिर दा ताज होंदा है औरत दे ते औरत दा काम है के ओंदी इज्जत करे ए तू मैनू नसीता प्या करना है आग लगा बाजार नो जो बूटा ही जवार सुगरी ते तैनू कुत्ते वाली दौरे दे विच रोटी खवाई दे ते हुण तो इत्थे बड़ा नाज़म बणया खड़ोता सुगरी नु हुण चानण भी ते हो जासन उसे वजह तो ते मैं है बूढ़ खट्टी खड़ोता है नवी शादी कीती है ओनु आदि कदर दा पता लग जासी ओ बच जा इंदे सामने ना आदा मुआ कोड़ा घड़ा रमजिया हे गल्लू ते तो चंगा कीता जेड़ा सुगरी दी ना जुबान ਕੀ ਇਹ ਦੂਈ ਸ਼ਾਦੀ ਕਰਕੇ ਬਿੱਲੋਆ ਜਿਵੇਂ ਤੂੰ ਮੇਰੇ ਨਾਲ ਕੀਤੀ ਰੱਖੀ ਨਾ 24 ਘੰਟੇ ਬਾਅਦ ਤਮੀਜ਼ੀ ਮੈਂ ਵੀ ਇਹੋ ਟੋਣਾ ਕਰੇ ਸਾ ਜਿਹੜਾ ਰਮਜ਼ੀ ਕੀਤਾ ਹੀ ਜੇ ਮੈਂ ਰਮਜ਼ੀ ਦਾ ਟੋਣਾ ਰਾਂ ਦੇਸਾਂ ਤੇ ਤੂੰ ਵੀ ਕਰਸੇ ਇਹ ਟੋਣਾ ਹੁਣ ਨਹੀਂ ਟੁੱਟਦਾ ਇਹ ਪੱਕਾ ਹੋ ਗਿਆ ਤੇ ਤੂੰ ਤਰਸ ਮਰਸੇ ਤੇਰਾ ਮੂੰਹ ਜਿਹੜਾ ਤੇਰੀ ਅੱਖੀ ਇਹ ਵੇਖਣ ਨੂੰ ਤਰਸਣ ਕਿ ਬਈ ਇਹ ਮੈਂ ਟੁੱਟ ਸਾਂ ਦੇ ਤੂੰ ਮੈਂ ਇਹਦੇ ਤੋਂ ਹੁਣ ਜੁਦਾ ਨਹੀਂ ਹੋਣਾ ਤੇ ਨਾ ਮੈਨੂੰ ਕੋਈ ਦੁਨੀਆ ਦੀ ਤਾਕਤ ਕਰ ਸਕਦੀ ਜੇ ਤੂੰ ਹੈ ਆ ਦੇ ਪਿਓ ਦਾ ਨਾ ਤੇ ਇਵੇਂ ਜਨਮ ਤਰ੍ਹਾਂ ਇਹਨੂੰ ਚਮੁੱਟਿਆ ਰਵੀ ਤੇ ਮੈਂ ਸੁਗਰੀਨ ਸਾਧ ਕੇ ਲੈਣੀ ਆ ਤੇਰਾ ਸੇ ਵਾਲਾ ਮੂੰਹ ਕੁਟੈਨੀ ਆ डर गए
साग बड़ा स्वादी है पर एक काम मैं भी मर्चा बड़ी तेज पाई ने मैं आपे तेज गतियां है गियां चस करा देनियां जड़ियां ना मर्चा चोखियां होवे ज्यादा मर्चा भी नहीं चंगी होंदी क्यों तेरे हाथ चमड़ियां खलियां भाई में समझ ले हाथ चमड़ियां खलियां जावे पर मर्चा हाथ चस करने में करारा हो जाती जबान अस्सलाम वालेकुम वालेकुम और चाचा फरक से ठीक है आज मासी साबरा ठीक है चंगे हाल है मेरी दी खैरी आयो हाँ खैरी आई है वेख ले मैं तुम्हारी तो किन्नी इज्जत करनी है रमजी ने मैंने लैके दिता फंक्शन तो उन्हें 2000 रुपया बयाना लिया तो बयाना लैके तो नस के हट के मेरे मत्थे नहीं लगया चंगी छेल पटसा मासी अगे भी एक बार मेरे एवं की मैं तुहाडा मुंह वेख के चुप कर गई ते हुण फिर मेरे नाल ओही हाथ रखी खलोता ते 2000 रुपया लिया इस ते निकल गया अगे तू ना चुप कर तेरे नाल जिवें कीती है कि उहदे मां प्यो नूं आन के अलामा देवे इहे नाले हलाया तुहानूं तू हैगा फंक्शन ते नाल नहीं लै जानी उहनूं मैं उहनूं किथे लै के जानी है मैं कहिंदा उहदे कोल पैसे चुगाणे आउंदे ने जिथे शादी वेंदा उथे मुंह चाह के आ जांदा है नी मेरी धी पहले दे जो उहदे नक ते ठोके आ तेंज ना करिया हुण चुप करके वग जा कुत्ता आउंदा ते मैं उहदे कोल पुछ लई पुछ एवें तू लैसे उहदे कोल मैं ते इत्थे बैठी है मैं उहदा 2000 रुपया लै के जस अगा ते घर जा तू ते मैं नहीं लड़दी पई जिवें 2000 पल्ले बनाए ही मेरे असीं अगर हुण तेने पैसा ना देवी ते तू की कर लैसे मेरा साइन चल कोई गल नहीं 2000 रुपया ला जा दोबारा नाल ना लाके जावी मेरे तो प्यो दी भी तौबा जिथे फंक्शन दे मैं वेख ले उथे उन्हें मैं मुंह मुंह कुटसा बीबी वास्ते मेरी गल तक सुनना अगर वास्ते तो मेरे पुत ने यो झरका सिखाई जाना मैं तेरे टेंड करके सारा चाके बमई सो तू मेरी टेंड ना करी तेरे दिक्कत गल पहुंचदी भी नहीं जिस लो उथे आए ने फंक्शन ते मैं जाने ते फिर ओ जाने चल लगा ओ जा जा आवे मेरा चाचा भी जेड़ागा पैसे कढदा हुंदा ते देंदा हुंदा है ए आप लाके जांदा है कूट दसी जांदी है माची साबरा खुश होना नहीं पहले आए ने तो हुन मेरी भी गल सुन ला की होया मैनू तेरे बुए ते आवणा ते नहीं चाहिदा जड़ी जेरी तो मेरे नाल कीती जी से साग लवण आई है पर मैं बूढ़िया तोडा तरस करके आ गई हुन की होया खोता तरस कीती खड़ियां ने ओए होए चुप ता कर जा गुस्सा तन्नू खुश रहते उंदी गल ता सुन लो भी ओ की आखू है खुए आ की आनी है नी माई मैं की आखणा मेरे नाल गरम क्यों होंदी पई है तेरे पुत्र तोड़ियां पूड़ियां भी शाही खड़ा इलाज कोई नी होना मर जासे सिद्ध तरीके गल कर की बजारता पाई जानी है मेरे नाल की चांद चढ़ाई खलोता नवा परनीक एडी सोहनी सवानी लैके परस गते चल मेरे नाल पुछने क्यों काम किया हां भाई हूं ना लगती चाह बना लवा चाह तू ना बना मैं आप ही बना लेना हां इस तरह करो चाय बनानी तुसी दूध नूं पत्ती लानी है थोड़ी जी दालचीनी थोड़ी जी सौंफ ते एक वड़ी इलायची ते मीठा थोड़ा जा हल्का रखना ठीक है ना ना लगदा थोड़ा जा घ्यो पा के गंडे दा तड़का ना ला लवा ओ चबारा तेरी भरजाई शहर चू आई है ता मिसाले आली चाह पींदी है चार एकदम मिसाला ना रख देवा ओ चबारा चाह नाल तू कद पाऊं
रोटी देना तो मेरा फर्ज बनता है तेरी गंदी शकल है वो जो गंदे तेरे काम में ला आई है लोती छड़ना इनू मैं मोड़ भी कोई नहीं आई तेनु मैं तलाक दिवा सा मेरा साईं को तेरे वर्गा खाचे जड़ा आदि सवाणी नु छड़ के तो पराई सवाणी नाल निकाह कर सी मां तो करे सा आ भरजाई नाल मेरी गल हो गई है ओ सगा छोटी बहन मेरी कुवारी बैठी तेनु ओ ला देनी हां 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 ना कर बड़ा तेरा आना पाटा खोता दे आ नो सास होने तेरा कीमा कर छड़ दे ते खावना कुत्ते ही कोई नहीं फिर मैं जुंडी जुंडी घर छड़ सा तू मैं जाननी है कने जाननी है अगर मैं ले आया खबरा बेफिक्र हो जा जेड़ी भी आई इन्हें सिर ते आनी कल मेरे सामने नहीं आना तू आवन दे जेड़ी आउंदी है मैं चाह नहीं सा चाचा वेख तेनु किवें सुल्तान आई बान के खांदा पिया के मार इन दंदा तू ते एट चाक के तिने सारे दांत चकाड़ ते पता टुरया होवे ते लानत जाई पता नहीं खरे डरदा पिया के की है कित्थू वेखदा पिया काल मुंह मत रिड्डा जिया परम जी तन मैं आंदा पिया बहन नु दे तलाक ना मैं दा ना अब्बा मैं दोवें रखसा दोवें रखसी ना हां जो भी कल को नफा नुकसान होया उंदा जिम्मेदार तू खुद है मैं आप जिम्मेदार हां हुन मैं जिम्मेदारी ले सकना हुन मैं बड़ा हो गया मैं बाहर नहीं लाला मेनू गन पॉइंट दे ते ले के आया ओ मैं किथे तेनु गन पॉइंट ते लेके आ गया ओ मैं तो तेनु सहारा दित्ता तू रुलदी फिरनी आ लाला मैं ना अपनी सहेली दी शादी ते जानी पई सी ते आ काले मुंह वाले ने मेनू अगवा कीता काले मुंह वाला मैं चिट्टा मुंह किवें करदा और गल सारा मेरी कान खोल के आए असि 8 दिन हो गए दरखास्त दित्ती नू ए भैन मेरी नू गवाह होई नू अज 8 दिन हो गए ने 6 तोले सोना आई ते 10 लाख रुपया आई इज्जत ना दे दे ओ सारा कुछ इने ले आए मेरे कोलो ओ लाला वापस लाके किदे चलिए एनू पकड़ ले चलिए थाने इंदी कसर छतरौल ए हर चीज उथे पूरी करके देगा ले मेरा पुत्तर हुन तैयार हो जा ओ नहीं ए ਇਹਦਾ ਪਿਓ ਮੈਨੂੰ ਸ਼ਕਲੋਂ ਸ਼ਰੀਫ ਲੱਗਦਾ ਹੈ ਇੱਥੇ ਹੀ ਮੁੱਕ ਮੁਕਾ ਇਹਨਾਂ ਨਾਲ ਕਰ ਲੈਨੇ ਚਾਚਾ ਸਾਡੇ ਪੈਸੇ ਵੀ ਤੇ ਜ਼ੇਵਰ ਵੀ ਇਹਨੂੰ ਕਹ ਇੱਥੇ ਹੀ ਸਾਨੂੰ ਦੇ ਦੇਵੇ ਫਿਰ ਮੈਂ ਨਹੀਂ ਤੇ ਇਹਦੇ ਖਿਲਾਫ ਨਾ ਬਿਆਨ ਦੇ ਦੇਵਾਂਗੀ ਇਸ ਮਾਂ ਨੂੰ ਲੈ ਕੇ ਆਇਆ ਨਾ ਉਹਦੇ ਪੈਸੇ ਵੀ ਦੇ ਤੂੰ ਦਾ ਸੋਨਾ ਵੀ ਦੇ ਫਲਕ ਸ਼ੇਰਾ ਦੋ ਮੱਝਾਂ ਫੂਕ ਤੇ ਇਹਨਾਂ ਦਾ ਹਰਜਾਨਾ ਪੂਰਾ ਕਰ ਚਾ ਓਏ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।